ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਵਿਦਿਆਰਥੀਆਂ ਨੇ ਜਾਗਰੂਕਤਾ ਮਾਰਚ ਕੱਢਿਆ। ਚੋਣ ਕਮਿਸ਼ਨਰ ਤੇ ਡੀਸੀ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਖਾਲੜਾ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਲੋਕਾਂ ਨੂੰ ਵੋਟਾਂ ਪਾਉਣ ਸੰਬੰਧੀ ਜਾਗਰੂਕ ਕਰਨ ਲਈ ਸਕੂਲੀ ਵਿਦਿਆਰਥੀਆਂ ਅਤੇ NCC ਕੈਡਿਟਾਂ ਵੱਲੋਂ ਪ੍ਰਿੰਸੀਪਲ ਇੰਦਰਜੀਤ ਸਿੰਘ ਅਤੇ ਸਹਾਇਕ ਪ੍ਰਿੰਸੀਪਲ ਹਰਜੀਤ ਸਿੰਘ ਸ਼ੀਨਾ ਦੀ ਅਗਵਾਈ ਹੇਠ ਵੋਟ ਜਾਗਰੂਕਤਾ ਮਾਰਚ ਕੱਢਿਆ ਗਿਆ, ਜੋ ਕਿ ਕਸਬਾ ਖਾਲੜਾ ਦੇ ਮੇਨ ਬਾਜ਼ਾਰ ਅਤੇ ਪਿੰਡ ਦੀ ਫਿਰਨੀ ਤੋਂ ਹੁੰਦਾ ਹੋਇਆ ਮੁੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਵਿਖੇ ਸਮਾਪਤ ਹੋਇਆ। ਇਸ ਦੌਰਾਨ ਵਿਦਿਆਰਥੀਆਂ ਅਤੇ NCC ਕੈਡਿਟਾਂ ਵੱਲੋਂ ਹੱਥ ਵਿੱਚ ਵੋਟਿੰਗ ਪ੍ਰਤੀ ਦਰਸਾਉਂਦੇ ਬੋਰਡ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਸਮੇਂ ਬੋਲਦਿਆਂ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਕਿਹਾ ਕਿ ਵੋਟ ਪਾਉਣਾ ਸਾਡਾ ਇਖਲਾਕੀ ਫਰਜ਼ ਹੈ, ਕਿਉਂਕਿ ਵੋਟ ਦੇ ਇਸਤੇਮਾਲ ਨਾਲ ਅਸੀਂ ਆਪਣੀ ਮਰਜ਼ੀ ਮੁਤਾਬਕ ਸਹੀ ਅਤੇ ਜ਼ਿੰਮੇਵਾਰ ਨੁਮਾਇੰਦਾ ਚੁਣ ਸਕਦੇ ਹਾਂ, ਜੋ ਕਿ ਅੱਗੇ ਚੱਲ ਕੇ ਪੰਜਾਬ ਦੇ ਵਿਕਾਸ, ਸਿੱਖਿਆ, ਸਿਹਤ ਸਹੂਲਤਾਂ ਲਈ ਤਤਪਰ ਹੋ ਕੇ ਲੋਕਾਂ ਦੀ ਸੇਵਾ ਕਰ ਸਕੇ। ਜੀ ਸਰ, ਇਹ ਜਿਹੜਾ NCC ਕੈਡਿਟ ਵੱਲੋਂ ਜਿਹੜਾ ਫਲੈਂਗ ਮਾਰਚ ਗਿਣ ਲਈਏ ਜਾਂ ਰੋਡ ਮਾਰਚ, ਪੁਲਿਸ ਤਾਂ ਕੱਢਦੀ ਆ ਜਿਵੇਂ ਮੰਨ ਲਓ ਵੀ ਚੋਣਾਂ ਦੌਰਾਨ, ਅਤੇ ਤੁਹਾਡਾ ਕੀ ਮਹੱਤਵ ਹੈ ਇਹਨੂੰ ਫਲੈਂਗ ਮਾਰਚ ਨੂੰ ਕੱਢਣ ਦਾ? ਮਾਨਯੋਗ DC ਸਾਹਿਬ ਤਰਨ ਤਾਰਨ ਦੀਆਂ ਹਦਾਇਤਾਂ ਅਤੇ 0x0 ਖੇਮ ਕਰਨ ਅਤੇ ਵਿਦਿਆਰਥੀ ਜਿਹੜੇ ਹੈ ਖਾਲੜਾ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵੱਲੋਂ, ਇਹਦਾ ਮੇਨ ਜਿਹੜਾ ਮਕਸਦ ਹੈ ਲੋਕਾਂ ਨੂੰ ਜਾਗਰੂਕ ਕਰਨਾ। ਹਾਂਜੀ, ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਕਿ ਜਿਹੜਾ ਸਾਡਾ ਵੋਟ ਦਾ ਅਧਿਕਾਰ ਹੈ, ਜਿਹੜੀਆਂ ਆਪਾਂ ਵੋਟਾਂ ਮਤਲਬ ਕਾਸਟ ਕਰਨੀ ਹੈ, ਉਹ ਬਿਨਾਂ ਕਿਸੇ ਡਰ ਤੋਂ ਅਤੇ ਬੜੀ ਸਮਝਦਾਰੀ ਨਾਲ, ਸੂਝਬੂਝ ਦੇ ਨਾਲ, ਚੰਗੇ ਜਿਹੜੇ ਆ ਉਹ ਨੇਤਾ ਦੀ ਆਪਾਂ ਚੁਣਾਵ ਕਰੀਏ, ਔਰ ਕਿਸੇ ਕਿਸਮ ਦੇ ਡਰ, ਭੈ, ਲਾਲਚ ਦੇ ਵਿੱਚ ਨਹੀਂ ਆਉਣਾ। ਇਹ ਸਰ ਜਿਹੜਾ ਫਲੈਂਗ ਮਾਰਚ ਆ ਕਿੱਥੋਂ ਲੈ ਕੇ ਕਿੱਥੋਂ ਤੱਕ ਜਿਹੜਾ ਉਹ ਕੱਢਿਆ ਜਾ ਰਿਹਾ? ਪ੍ਰੋਪਰ ਸਕੂਲ ਤੋਂ ਲੈ ਕੇ ਜੀ ਪੂਰਾ ਖਾਲੜਾ ਬਾਜ਼ਾਰ ਤੱਕ, ਔਰ ਸਾਰੇ ਹੁੰਦੇ ਹੋਏ ਅਸੀਂ ਫਿਰ ਵਾਪਸ ਜਿਹੜੇ ਇੱਥੇ ਆਵਾਂਗੇ। ਠੀਕ ਸਰ, ਜਿਹੜਾ ਇਹ ਅੱਜ ਫਲੈਂਗ ਮਾਰਚ ਕੱਢਿਆ ਜਾ ਰਿਹਾ, ਇਹਦਾ ਮੇਨ ਮਕਸਦ ਕੀ ਹੈ? ਇਹ ਜੀ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਦੀਆਂ ਹਦਾਇਤਾਂ ਔਰ ਪ੍ਰਿੰਸੀਪਲ ਸਰਦਾਰ ਇੰਦਰਜੀਤ ਸਿੰਘ, ਸਰਕਾਰੀ ਸੀਨੀਅਰ ਖਾਲੜੇ ਬੋਆਇਜ਼ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਜੋ NCC ਕੈਡਟਸ ਦੀ ਰੈਲੀ ਬਾਜ਼ਾਰ ਦੇ ਵਿੱਚ ਕੱਢ ਰਹੇ ਹਾਂ ਜੀ, ਪਿੰਡ ਵਿੱਚ ਕੱਢ ਰਹੇ ਹਾਂ। ਇਹਦਾ ਇੱਕੋ ਮੰਤਵ ਆ ਕਿ ਜੋ ਸਾਡੀਆਂ 19 ਮਈ 2019 ਨੂੰ ਲੋਕ ਸਭਾ ਦੀਆਂ ਵੋਟਾਂ ਪੈ ਰਹੀਆਂ ਜੀ, ਉਹਦੇ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ, ਲੋਕ ਬਗੈਰ ਕਿਸੇ ਡਰ ਦੇ, ਭੈ ਦੇ, ਲਾਲਚ ਦੇ ਆਪਣੀ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ, ਤਾਂ ਕਿ ਇੱਕ ਚੰਗੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਇੱਕ ਚੰਗੇ ਨੇਤਾ ਦੇ ਹੱਥ ਵਿੱਚ ਹੁੰਦਾ ਹੈ, ਇੱਕ ਚੰਗਾ ਨੇਤਾ ਜਿਹੜਾ ਚੁਣਿਆ ਜਾ ਸਕੇ। ਹਾਂਜੀ ਵੀਰ ਜੀ, ਜਿਹੜਾ ਤੁਹਾਡੇ ਤੋਂ NCC ਕੈਡਿਟ ਵੱਲੋਂ ਜਿਹੜਾ ਇਹ ਫਲੈਂਗ ਮਾਰਚ ਕੱਢਿਆ ਜਾ ਰਿਹਾ, ਇਹਦਾ ਕੀ ਮੇਨ ਮਕਸਦ ਕੀ ਹੈ? ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ, ਪ੍ਰਿੰਸੀਪਲ ਸਾਹਿਬ, ਅਧਿਆਪਕ ਸਾਹਿਬਾਂ ਅਤੇ NCC ਦੇ ਕੈਡਿਟ, ਅਸੀਂ ਪਿੰਡ ਵਿੱਚ ਰੈਲੀ ਕੱਢ ਰਹੇ ਹਾਂ ਕਿ ਸਾਰੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਭੈ ਤੋਂ, ਬਿਨਾਂ ਕਿਸੇ ਲਾਲਚ ਜਾਂ ਨਸ਼ੇ, ਸਭ ਪਰਾਂ ਹਟ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ, ਚੰਗੇ ਨੇਤਾ ਨੂੰ ਬਣਾਉਣ ਜੋ ਕਿ ਸਾਡੇ ਪਿੰਡਾਂ ਦਾ, ਦੇਸ਼ ਦਾ ਵਿਕਾਸ ਕਰੇ, ਨੌਜਵਾਨਾਂ ਨੂੰ ਨੌਕਰੀ ਬਖਸ਼ੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।